ਜੋ ਕਿ ਪਿਛਲੇ 5 ਸਾਲਾਂ ਤੋਂ ਨਿਊਜ਼ੀਲੈਂਡ 'ਚ ਹੀ ਰਹਿ ਰਿਹਾ ਹੈਗਾ ਅਤੇ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਸੀਗਾ ਅਤੇ ਉਸਨੇ ਸਾਨੂੰ ਤਾਂ ਇਹ ਦੱਸਿਆ ਨਹੀਂਗਾ ਪਰ ਉਹ ਨਿਊਜ਼ੀਲੈਂਡ ਹੀ ਸੀਗਾ ਜਦੋਂ ਇਹ ਟ੍ਰੈਕਟਰ ਤਿਆਰ ਕਰਵਾਇਆ ਉਹਨੇ ਇਸ ਤਰ੍ਹਾਂ ਵੀ ਮੇਰਾ ਭਤੀਜਾ ਵੀ ਬਹੁਤ ਵੱਡਾ ਫੈਨ ਸੀਗਾ ਇਸ ਲਈ ਉਹਨੇ ਸਪੈਸ਼ਲੀ 9/11 ਹੂ ਹੂ ਸਾਰਾ ਸਿੱਧੂ ਮੂਸੇਵਾਲੇ ਦੇ 9/11 ਵਰਗੀ ਹੈ ਇੱਕੋ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਹੈਗਾ ਵੀ ਬਿਲਕੁਲ ਸਿੱਧੂ ਮੂਸੇਵਾਲੇ ਦਾ ਜੋ ਟ੍ਰੈਕਟਰ ਸੀਗਾ ਉਸੇ ਤਰ੍ਹਾਂ ਦਾ ਹੀ ਤਿਆਰ ਕੀਤਾ ਹੈਗਾ ਅਤੇ ਆਪਣੇ ਡੈਡੀ ਨੂੰ ਗਿਫਟ ਕੀਤਾ ਇੱਕੋ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਹੈਗਾ ਵੀ ਬਿਲਕੁਲ ਸਿੱਧੂ ਮੂਸੇਵਾਲੇ ਦਾ ਜੋ ਟ੍ਰੈਕਟਰ ਸੀਗਾ ਉਸੇ ਤਰ੍ਹਾਂ ਦਾ ਹੀ ਤਿਆਰ ਕੀਤਾ ਹੈਗਾ ਅਤੇ ਆਪਣੇ ਡੈਡੀ ਨੂੰ ਗਿਫਟ ਕੀਤਾ ਅਤੇ ਆਪਣਾ ਸਾਰੀ ਫੈਮਿਲੀ ਇਕੱਠੇ ਰਹੋ ਵੀ ਮੈਂ ਥਾਰ ਗੱਡੀ ਲੈ ਕੇ ਆਉਣਾ ਅਤੇ ਜਦੋਂ ਉਹ ਟ੍ਰੇਲਰ 'ਤੇ ਚੜ੍ਹਾ ਕੇ ਲਿਆਏ ਨੇ ਉੱਪਰੋਂ ਤਰਪਾਲ ਲਾਹੀ ਆ ਸਾਨੂੰ ਤਾਂ ਉਹਦੀ ਸਰਪ੍ਰਾਈਜ਼ ਮਿਲੇਗਾ ਵੀ ਇਹ 9/11 ਹੈਗਾ ਇਹ ਮੇਰਾ ਭਤੀਜਾ ਜੀ ਅੰਮ੍ਰਿਤਪਾਲ ਸਿੰਘ ਸਿੱਧੂ ਜੋ ਕਿ ਪਿਛਲੇ 5 ਸਾਲਾਂ ਤੋਂ ਨਿਊਜ਼ੀਲੈਂਡ 'ਚ ਹੀ ਰਹਿ ਰਿਹਾ ਹੈਗਾ ਅਤੇ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਸੀਗਾ ਅਤੇ ਉਸਨੇ ਸਾਨੂੰ ਤਾਂ ਇਹ ਦੱਸਿਆ ਨਹੀਂਗਾ ਪਰ ਉਹ ਨਿਊਜ਼ੀਲੈਂਡ ਹੀ ਸੀਗਾ ਜਦੋਂ ਇਹ ਟ੍ਰੈਕਟਰ ਤਿਆਰ ਕਰਵਾਇਆ ਉਹਨੇ ਉੱਥੋਂ ਤਿਆਰ ਕਰਵਾ ਕੇ ਸਾਨੂੰ ਸਰਪ੍ਰਾਈਜ਼ ਹੀ ਦਿੱਤਾ ਹੈਗਾ ਅਤੇ ਆਪਣੇ ਡੈਡੀ ਵਾਸਤੇ ਤਿਆਰ ਕਰਵਾਇਆ ਸੀਗਾ ਮੂਸਾ ਪਿੰਡ ਗੁਆਂਢੀ ਪਿੰਡ ਹੈ ਤੁਹਾਡਾ ਜਿਵੇਂ ਸਿੱਧੂ ਨੇ ਵੀ ਆਪਣੇ ਮਾਤਾ ਪਿਤਾ ਦੇ ਲਈ ਕਈ ਅਜਿਹੇ ਗਿਫਟ ਲੈ ਕੇ ਆਉਂਦੇ ਸੀਗੇ ਹਾਂਜੀ ਹਾਂਜੀ ਮੂਸਾ ਪਿੰਡ ਸਾਡਾ ਗੁਆਂਢੀ ਪਿੰਡ ਹੀ ਹੈ ਜੀ 7 ਕਿਲੋਮੀਟਰ ਹੀ ਹੈ ਇੱਥੋਂ ਅਤੇ ਸਾਡਾ ਗੋਤ ਵੀ ਸੇਮ ਹੀ ਹੈ ਅਸੀਂ ਵੀ ਸਿੱਧੂਆਂ ਦੀ ਹੈਗੇ ਅਤੇ ਅਸੀਂ ਵੀ ਸਿੱਧੂਆਂ ਦੀ ਹੈ ਜੀ ਅਤੇ ਇਸ ਲਈ ਸਿੱਧੂਆਂ ਕਰਕੇ ਵੀ ਪਹਿਲਾਂ ਤੋਂ ਵੀ ਉਹ ਫੈਨ ਸੀਗੇ ਕਿਉਂਕਿ ਸਾਰਾ ਯੂਥ ਤਾਂ ਸਾਰੀ ਫੈਨ ਆ ਸਿੱਧੂ ਮੂਸੇਵਾਲੇ ਦਾ ਆਲ ਵਰਲਡ ਤੱਕ ਉਹਦੇ ਫੈਨ ਫੈਲੇ ਹੋਏ ਨੇ ਇਸ ਤਰ੍ਹਾਂ ਵੀ ਮੇਰਾ ਭਤੀਜਾ ਵੀ ਬਹੁਤ ਵੱਡਾ ਫੈਨ ਸੀਗਾ ਇਸ ਲਈ ਉਹਨੇ ਸਪੈਸ਼ਲੀ 9/11 ਹੂ ਹੂ ਸਾਰਾ ਸਿੱਧੂ ਮੂਸੇਵਾਲੇ ਦੇ 9/11 ਵਰਗੀ ਹੈ ਇੱਕੋ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਹੈਗਾ ਵੀ ਬਿਲਕੁਲ ਸਿੱਧੂ ਮੂਸੇਵਾਲੇ ਦਾ ਜੋ ਟ੍ਰੈਕਟਰ ਸੀਗਾ ਉਸੇ ਤਰ੍ਹਾਂ ਦਾ ਹੀ ਤਿਆਰ ਕੀਤਾ ਹੈਗਾ ਅਤੇ ਆਪਣੇ ਡੈਡੀ ਨੂੰ ਗਿਫਟ ਕੀਤਾ ਕੀ ਕੁਛ ਇਹਦੇ ਵਿੱਚ ਵਿਸ਼ੇਸ਼ ਰੱਖਿਆ ਗਿਆ ਟ੍ਰੈਕਟਰ ਦੇ ਵਿੱਚ ਵਿਸ਼ੇਸ਼ ਇਸ 'ਚ ਜੀ ਸਾਰਾ ਕੁਛ ਹੀ ਵਿਸ਼ੇਸ਼ ਆ ਵੈਸੇ ਸੇਮ ਟੂ ਸੇਮ ਕਾਪੀ ਯਾਨੀ ਕਿ ਵੀ ਹੈਡਲਾਈਟ ਵਗੈਰਾ ਟਾਇਰ ਵਗੈਰਾ ਉੱਪਰ ਲੈ ਕੇ ਥੱਲੋਂ ਲੈ ਕੇ ਜੋ ਵੀ ਸੇਮ ਚੀਜ਼ ਆ ਸਾਰੀ ਸਿੱਧੂ ਦੇ ਟ੍ਰੈਕਟਰ ਵਰਗੀ ਹੀ ਤਿਆਰ ਕੀਤੀ ਗਈ ਹੈ ਕਿੰਨਾ ਕੁ ਖਰਚਾ ਆਇਆ ਗਿਆ ਅਤੇ ਮਤਲਬ ਜਦੋਂ ਲੈ ਕੇ ਆਉਂਦਾ ਤੁਸੀਂ ਆਸ ਪਾਸ ਦੇ ਲੋਕਾਂ ਦਾ ਕੀ ਰਿਐਕਸ਼ਨ ਖਰਚਾ ਇਹਦੇ ਲਗਭਗ 8.5 ਲੱਖ ਆ ਗਿਆ ਜੀ ਪਰ ਜਦੋਂ ਲੈ ਕੇ ਆਇਆ ਆਸ ਪਾਸ ਦੇ ਲੋਕਾਂ ਦਾ ਰਿਐਕਸ਼ਨ ਬਹੁਤ ਵਧੀਆ ਸੀਗਾ ਕਿਉਂਕਿ ਸਾਨੂੰ ਉਸਨੇ ਦੱਸਿਆ ਨਹੀਂ ਸੀ ਸਾਨੂੰ ਤਾਂ ਐਂ ਕਿਹਾ ਸੀਗਾ ਵੀ ਥਾਰ ਗੱਡੀ ਲੈ ਕੇ ਆਊਂਗਾ ਮੈਂ ਅਤੇ ਆਪਣਾ ਸਾਰੀ ਫੈਮਿਲੀ ਇਕੱਠੇ ਰਹੋ ਵੀ ਮੈਂ ਥਾਰ ਗੱਡੀ ਲੈ ਕੇ ਆਉਣਾ ਅਤੇ ਜਦੋਂ ਉਹ ਟ੍ਰੇਲਰ 'ਤੇ ਚੜ੍ਹਾ ਕੇ ਲਿਆਏ ਨੇ ਉੱਪਰੋਂ ਤਰਪਾਲ ਲਾਹੀ ਆ ਸਾਨੂੰ ਤਾਂ ਉਹਦੀ ਸਰਪ੍ਰਾਈਜ਼ ਮਿਲੇਗਾ ਵੀ ਇਹ 9/11 ਹੈਗਾ ਇਸ ਲਈ ਆਸ ਪਾਸ ਦੇ ਲੋਕਾਂ ਦਾ ਬਹੁਤ ਵਧੀਆ ਮਾਹੌਲ ਆ ਜੀ ਅਤੇ ਦੂਰੋਂ ਦੂਰੋਂ ਲੋਕ ਦੇਖਣ ਵੀ ਆਉਂਦੇ ਨੇ ਫੋਟੋਆਂ ਖਿਚਵਾਉਣ ਵੀ ਆਉਂਦੇ ਨੇ ਇਸ ਟ੍ਰੈਕਟਰ ਨਾਲ